ग्रस्त जीवन किनू कहा गया है अनुसार क्या होता है ग्रस्त जीवन आप ग्रस्त जीवन समझी बैठे हैं शादी होगी परिवार हो गया बच्चे कर लो बच्चे हो गए बच्चे हो गए ऐ ग्रस्ती जीवन है नहीं ये तो चलो आप संसारिक उसमें दृष्टमान माया दे काल दे शहर में हाँ जी चलो ये हो गया बट असली ग्रस्त जीवन किसनों कहा गया ग्रह हो गए वाहिगुरु जी घर है ना तो उस सत्य हो गया जिस घर में उस सत का उस तत्व की जाए अकालपुर उस घर में जिसके सब मिलके परिवार के सब मिलके नाम जपे उसे कहा गया असली ग्रस्त जीवन ग्रस्ती जीवन वाई गुरु जी ताही तो पिताजी ने कहा है कि तुसी ये ग्रस्त हो कि ग्रस्ती जीवन में भी उसको पा सकते हो उस उसको पा सकते तो इतना इजी है कि उस घर को जिस जे जे इं, इंटो वाला घर है उस जिस घर में अ प्रभु की रची हुई इंसान मूर्तियां रह रही हैं तो उसे सब मिलके नाम जपोगे ना उसकी एक की उस्तत करोगे तो असली गृहस्थ जीवन इस ये है थोड़ा तो तुसी बहुत जल्दी उसनों पा सकते हो ग्रस्त जीवन होगा जिस घर में उस सत की उस्तत की जा सके वाहिगुरु जी हाँ जी बहुत वधिया वाहिगुरु जी ये भी सवाल सीगा बहुत, 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 बहुत ਕਿ ਗ੍ਰਸਤ ਜੀਵਨ ਨੂੰ ਆਪਾਂ ਕਦੀ ਸਮਝ ਹੀ ਨਹੀਂ ਪਾਏ ਹੁਣ ਵੈਗਰੂ ਜੀ ਆਪ ਜੀ ਨੂੰ ਇੱਕ ਗੱਲ ਦੱਸਣੀ ਹੈ ਹੋ ਸਕਦਾ ਹੈ ਸ਼ਾਇਦ ਆਪ ਜੀ ਚੋ ਕੋਈ ਕਿਸੇ ਨੂੰ ਸੁਣ ਕੇ ਹਾਸਾ ਵੀ ਆ ਜਾਏ ਤੇ ਸਾਨੂੰ ਵੀ ਉਹ ਗੱਲ ਕੁਛ ਇਦਾਂ ਦੀ ਹੀ ਲੱਗੀ ਵੈਗਰੂ ਜੀ ਪਰ ਗੱਲ ਸੱਚ ਹੈ ਗੱਲ ਸੱਚ ਹੈ ਸੋਹਣੇ ਸੱਚ ਹੋਇਆ ਕਿ ਵੈਗਰੂ ਜੀ ਇਹ ਆਪਾਂ ਇਸ ਕਈ ਗੱਲਾਂ ਤੋਂ ਨਾ ਆਪਾਂ ਭੱਜ ਜੰਨੇ ਉੱਠਕੇ ਕਈ ਗੱਲਾਂ ਨੂੰ ਅਸੀਂ ਫੇਸ ਨਹੀਂ ਕਰਨਾ ਚਾਹੁੰਦੇ। ਕਈ ਵਾਰੀ ਸਾਨੂੰ ਲੱਗਦਾ ਹੈ ਇਹ ਗੱਲ ਪਤਾ ਨਹੀਂ ਦੁਨੀਆ ਸਾਹਮਣੇ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਆਪਾਂ ਉਹਨੂੰ ਇਗਨੋਰ ਕਰ ਦਿੰਨੇ ਆਂ। ਪਰ ਫਿਰ ਜਿੰਨਾ ਆਪਾਂ ਇਗਨੋਰ ਕਰਦੇ ਆਂ ਨਾ ਉਸ ਗੱਲ ਨੇ ਸਾਨੂੰ ਕਿਤੇ ਨਾ ਕਿਤੇ ਅੰਦਰ اٹਕੇ ਹੀ ਰਹਿਣਾ। ਕਿਉਂਕਿ ਆਪਾਂ ਉਹਨੂੰ ਕਦੀ ਕਲੀਅਰ ਕੀਤਾ ਹੀ ਨਹੀਂ ਤਾਂ ਉਹਨੇ ਸਾਡੇ ਅੰਦਰ ਸਟਕ ਹੋ ਜਾਣਾ। ਕਿ ਆਪਾਂ ਉਸ ਗੱਲ ਦੀ ਸ਼ਰਮ ਅੰਦਰ ਰੱਖਾਂਗੇ ਹੀ ਰੱਖਾਂਗੇ। ਸ਼ਰਮ ਰੱਖ ਰੱਖ ਕੇ ਉਹਨੂੰ ਅੰਦਰ ਰੱਖ ਲਿਆ ਉਹ ਫਿਰ ਨਹੀਂ ਰਹੂਗਾ ਫਿਰ ਸਾਡੇ ਅੰਦਰ। ਆਪਾਂ ਜਦੋਂ ਬੰਦਗੀ ਕਰਨ ਬੈਨੇ ਆਂ ਤਾਂ ਤੁਸੀਂ ਇੱਕ ਗੱਲ ਦੇਖੋ ਉਹ ਗੱਲ ਕਿੱਥੋਂ ਸ਼ੁਰੂ ਹੋਈ ਤੁਹਾਡੇ ਨਾਲ ਤਾਨੂੰ ਪਹਿਲੇ ਹੀ ਕੀ ਹੋ ਸਕਦਾ ਤੁਹਾਡੇ ਜੋ ਕੀ ਸਾਨੂੰ ਸੁਣ ਕੇ ਉਸ ਗੱਲ ਤੇ ਹਾਸਾ ਵੀ ਆ ਜਾਏ ਆਪਾਂ ਵੈਗਰੂ ਜੀ ਸਿਰਫ ਮਤਾਮਾ ਬੈਠੀਆਂ ਸੀਗੀਆਂ ਬੀਬੀਆਂ ਬੈਠੀਆਂ ਸੀ ਸੰਗਤ ਰੂਪੀ ਤੇ ਆਪਾਂ ਨਾਮ ਦੀ ਸੇਵਾ ਉੱਥੇ ਕਰਨ ਗਏ ਮਹਾਰਾਜ ਨੇ ਹੁਕਮ ਲਾਇਆ ਤੇ ਆਪਾਂ ਉੱਥੇ ਪਹੁੰਚ ਗਏ ਵੈਗਰੂ ਜੀ ਨਾਮ ਆਪਾਂ ਜਿਵੇਂ ਕਹਿ ਲਓ ਵੀ ਉੱਥੇ ਜਪਿਆ ਉਸ ਤੋਂ ਬਾਅਦ ਨਾ ਉਹ ਸਵਾਲ ਕੁਝ ਗੁਰਮੁਖ ਰੱਖਣ ਲੱਗੇ ਉਹ ਬੀਬੀਆਂ ਹੀ ਸੀ ਸਾਰੀਆਂ ਉੱਥੇ ਤੇ ਆਪ ਸਾਡੇ ਲਈ ਸਾਰੀਆਂ ਮਾਤਾਵਾਂ ਬੈਠੀਆਂ ਸਾਹਮਣੇ ਤੇ ਦੋ ਚਾਰ ਭੈਣਾਂ ਵੀ ਬੈਠੀਆਂ ਸੀ ਉੱਥੇ ਤੇ ਇੱਕ ਮਾਤਾ ਜੀ ਦਾ ਸਵਾਲ ਆਇਆ ਕਹਿੰਦੇ ਵਾਹਿਗੁਰੂ ਜੀ ਕਿ ਜਿਵੇਂ ਜਿਹੜਾ ਆਪਾਂ ਕਹਿੰਦੇ ਆ ਪੰਜ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਹਿੰਦੇ ਬਾਕੀਆਂ ਦਾ ਤਾਂ ਠੀਕ ਐ ਕਹਿੰਦੇ ਹੁਣ ਜਿਹੜਾ ਇਹ ਕਾਮ ਜਿਹੜਾ ਦੂਤ ਐ ਦੇਖੋ ਮਾਰੇ ਨੇ ਤਾਂ ਉਹਨੂੰ ਬਾਣੀ ਚ ਦੱਸਿਆ ਨਾ ਸਾਨੂੰ ਮਾਰੇ ਨੇ ਕੋਈ ਉਹ ਗੱਲ ਤੋਂ ਸਾਨੂੰ ਲੁਕਾ ਕੇ ਤਾਂ ਨਹੀਂ ਰੱਖਿਆ ਕੋਈ ਉਹ ਉਹੀ ਤਾਂ ਗੱਲ ਹੈ ਬਾਣੀ ਚ ਤਾਂ ਮਾਰੇ ਨੇ ਸਾਡੇ ਸਾਹਮਣੇ ਸਾਰਾ ਕੁਝ ਸਪਸ਼ਟ ਦੱਸਿਆ ਪਰ ਆਪਾਂ ਉਹਨੂੰ ਕਿਸ ਪੱਖੋਂ ਲੈਨੇ ਸਾਡੇ ਉੱਤੇ ਡਿਪੈਂਡ ਕਰਦਾ ਬਹੁਤ ਜ਼ਿਆਦਾ ਡਿਪੈਂਡ ਕਰਦਾ ਤੇ ਉਹ ਕੀ ਹੋਇਆ ਉਹ ਕਹਿੰਦੇ ਕਿ ਜਿਹੜਾ ਇਹ ਕੰਮ ਹੈ ਇਹਦੇ ਤੋਂ ਕਿਵੇਂ ਵੀ ਬਚਿਆ ਜਾਂਦਾ ਹੈ ਇਹ ਇਹ ਹੁਣ ਜਿਵੇਂ ਵੀ ਵੀ ਤੁਸੀਂ ਵੀ ਵਿਆਹ ਹੋਏ ਹੋ ਹਨਾ ਇੰਜ ਵੀ ਆ ਕਾਮ ਦਾ ਜਿਹੜਾ ਦੂਤ ਹੈ ਇਹਦੇ ਤੋਂ ਕਿਵੇਂ ਇਹ ਇਹ ਕਿਦਾਂ ਖੇਡ ਖੇਡਦਾ ਹੈ ਤੇ ਫਿਰ ਇਹ ਤੋਂ ਕਿਵੇਂ ਬਚਿਆ ਜਾਂਦਾ ਹੈ ਇਹਨੂੰ ਕਿਦਾਂ ਸ਼ੇਅਰ ਕੀਤਾ ਜਾਏ ਹੁਣ ਵਾਈ ਗੁਰੂ ਜੀ ਜਦੋਂ ਸਭ ਤੋਂ ਪਹਿਲਾਂ ਆਪਾਂ ਨਾਮ ਜਪਦੇ ਆਪਾਂ ਕੀ ਕਹਿੰਨੇ ਆ ਸਾਰੇ ਆਪਾਂ ਕੀ ਕਹਿੰਨੇ ਆ ਨਾਮ ਜਪਦੇ ਆ ਕਿ ਸਾਡਾ ਮਨ ਸਹਿਜ ਹੋਏਗਾ ਆਪਾਂ ਕਹਿੰਨੇ ਆ ਸਾਡੀ ਅਵਸਥਾ ਜਿਹੜੀ ਹੈ ਸਹਿਜ ਹੋਏਗੀ ਸਭ ਤੋਂ ਪਹਿਲਾਂ ਸਾਡਾ ਫੋਕਸ ਕਿੱਥੇ ਹੁੰਦਾ ਹੰਕਾਰ ਤੇ ਤੇ ਕਰੋਧ ਤੇ ਆਪਾਂ ਕਹਿੰਨੇ ਆ ਕਿ ਹੰਕਾਰ ਨਾ ਆਵੇ ਕ੍ਰੋਧ ਨਾਵੇ ਫਿਰ ਆਪਾਂ ਹੌਲੀ ਹੌਲੀ ਮੋਹ ਤੇ ਜਾਂਦੇ ਆਂ ਵੀ ਮੋਹ ਨਾ ਰਵੇ ਹਨਾ ਫਿਰ ਆਪਾਂ ਉਹਦੇ ਵਿੱਚ ਕੰਮ ਨੂੰ ਕਿਉਂ ਨਹੀਂ ਗਿੰਦੇ ਮਾਰਾ ਨੇ ਤਾਂ ਉੱਥੇ ਲਿਖਿਆ ਮਾਰਾ ਨੇ ਤਾਂ ਉਹ ਹੁਕਮ ਕੀਤਾ ਵੀ ਤੁਸੀਂ ਕੰਮ ਤੋਂ ਵੀ ਬਚਣਾ ਹੁਣ ਜਿਹੜੀ ਗੱਲ ਇਹਨਾਂ ਨੇ ਸ਼ੁਰੂ ਕੀਤੀ ਗ੍ਰਸਤ ਜੀਵਨ ਮਹਾਰਾਜ ਨੇ ਗ੍ਰਸਤ ਜੀਵਨ ਕਿਉਂ ਬਖਸ਼ਿਆ ਸੀ ਉਹਨੂੰ ਧਿਆਨ ਨਾਲ ਸਮਝੀਏ ਬੈਠ ਕੇ ਅਗਰ ਮਹਾਰਾਜ ਨੇ ਕਿਾ ਦੁਨੀਆ ਨੂੰ ਅੱਗੇ ਵਧਾਣ ਲਈ ਉਹ ਉਸ ਪਾਸੇ ਉਸ ਪੱਖ ਤੱਕ ਚੱਲੋ ਸੋਚ ਲੈ ਕੇ ਵੀ ਉਹ ਰੂਹਾਂ ਜਿਨ੍ਹਾਂ ਨੇ ਜਨਮ ਲੈਣਾ ਹੈ ਉਹ ਕਿਉਂ ਨਹੀਂ ਲੈ ਪਾਰੀਆਂ ਕਿਉਂਕਿ ਅਸੀਂ ਨਾਮ ਤੋਂ ਟੁੱਟ ਗਏ ਸ਼ਰਾਬ ਪੀਣ ਲੱਗੇ ਪਾਰਟੀਆਂ ਕਰਨ ਲੱਗੇ ਆਪਣੇ ਮਨਮਸਤੀਆਂ ਚ ਲੱਗ ਗਏ ਤੇ ਦੂਜੇ ਪੱਖੋਂ ਕਾਮ ਕ੍ਰੋਧ ਲੋ ਮੋਹ ਹੰਕਾਰ ਪੰਜਾਂ ਦੂਤਾਂ ਨੂੰ ਅਸੀਂ ਆਪਣੇ ਅੰਦਰ ਚੰਗੀ ਤਰ੍ਹਾਂ ਵਸਾ ਲਿਆ ਵੀ ਕਰ ਲੋ ਜੋ ਕਰਨਾ ਹੈ ਸਾਡੇ ਨਾਲ ਉਹਦੇ ਚ ਫਿਰ ਅਸੀਂ ਕਾਂ ਤੋਂ ਵੀ ਨਹੀਂ ਬਚੇ ਜੇ ਕ੍ਰੋਧ ਤੋਂ ਨਹੀਂ ਬਚੇ ਹੰਕਾਰ ਤੋਂ ਨਹੀਂ ਬਚੇ ਤੇ ਅਸੀਂ ਕਾਮ ਤੋਂ ਵੀ ਨਹੀਂ ਬਚੇ ਠੀਕ ਹੈ ਭਾਈ ਗੁਰੂ ਜੀ ਹੁਣ ਤੁਸੀਂ ਦੇਖੋ ਵੀ ਮਹਾਰਾਜ ਨੇ ਗ੍ਰਸਤ ਜੀਵਨ ਸਾਨੂੰ ਬਖਸ਼ਿਆ ਉਹਦੇ ਵਿੱਚ ਆਪਣਾ ਜਿਹੜਾ ਸਭ ਤੋਂ ਉਹਦੇ ਵਿੱਚ ਪਹਿਲਾ ਫਰਜ਼ ਹੈ ਜੇ ਅੱਗੇ ਆਪਾਂ ਇੱਕ ਰੂਹ ਨੂੰ ਇਸ ਦੁਨੀਆ ਚ ਜਦੋਂ ਲਿਆਂਦੇ ਹਨਾ ਮਹਾਰਾਜ ਹੁਕਮ ਅਨੁਸਾਰ ਉਹਨੂੰ ਭੇਜਦੇ ਨੇ ਮਹਾਰਾਜ ਖੇਡ ਖਡਾਉਂਦੇ ਨੇ ਕਿ ਇੱਕ ਬੱਚਾ ਜਿਹੜਾ ਘਰ ਦੇ ਵਿੱਚ ਆਵੇ ਇਹ ਬਨਾਇਆ ਕਿ ਉਹ ਸੀ ਮਾਰੇ ਨਹੀਂ ਤੇ ਅਸੀਂ ਇਹਨੂੰ ਕਿਸ ਪੱਖੋਂ ਲੈ ਰਹੇ ਹੁਣ ਮਹਾਰਾਜ ਨੇ ਇਹ ਖੇਡ ਬਣਾਈ ਕਿ ਜਿਵੇਂ ਹੁਣ ਰੂਹਾਂ ਨੇ ਉਹ ਆਣੀਆਂ ਚਾਹੁੰਦੀਆਂ ਧਰਤੀ ਤੇ ਠੀਕ ਹੈ ਬਾਈ ਗੁਰੂ ਜੀ ਸਰੀਰ ਲੈ ਕੇ ਮਹਾਰਾਜ ਨੇ ਜਿੰਨੂੰ ਥਾਪੜਾ ਦੇ ਕੇ ਸੇਵਾ ਲੈਣੀ ਉਹਨੂੰ ਇੱਥੇ ਭੇਜਣਗੇ ਪਰ ਉਹਨੂੰ ਇੱਥੇ ਭੇਜਣ ਲਈ ਉਹ ਗੁਰਮੁਖ ਪਰਿਵਾਰ ਚਾਹੀਦਾ ਕਹਿਣ ਦਾ ਭਾਵ ਸਿੰਘ ਸਿੰਘਣੀ ਚਾਹੀਦੇ ਨੇ ਉਨਮਾਰੇ ਨੇ ਸਿੰਘ ਤੇ ਸਿੰਘਣੀ ਕਿੰਨਾ ਪਵਿੱਤਰ ਸ਼ਬਦ ਕਿੰਨਾ ਪਵਿੱਤਰ ਉਸ ਜੋੜੇ ਦਾ ਨਾਮ ਦਿੱਤਾ ਠੀਕ ਹੈ ਅੰਮ੍ਰਿਤਧਾਰੀ ਹੁਣ ਉਥੇ ਵਾਹਿਗੁਰੂ ਜੀ ਜਦੋਂ ਆਪ ਜੀ ਨਾਮ ਦੀ ਬੰਦਗੀ ਨਹੀਂ ਕਰਦੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਤੇ ਕਾਮ ਵੀ ਪੂਰਾ ਜ਼ੋਰ ਪਾਈ ਰੱਖੇ ਠੀਕ ਹੈ ਚਾਹੇ ساری ਜ਼ਿੰਦਗੀ ਪਾਈ ਰੱਖੇ ਫਿਰ ਨਹੀਂ ਬਚਿਆ ਜਾ ਸਕਦਾ ਪਰ ਜੇ ਆਪਾਂ ਇਹ ਕਿੰਨੇ ਨਾਮ ਜਪ ਕੇ ਅਸੀਂ ਸਹਿਜ ਹੋਈਏ ਨਾਮ ਜਪ ਕੇ ਸਾਡੀ ਬੋਲਬਾਣੀ ਉਹ ਹੋ ਗਈ ਜੋ ਮਾਰੇ ਬੁਲਵਾਣਾ ਚਾਹੁੰਦੇ ਹੈ ਆਪਾਂ ਆਪਣੇ ਮੂੰਹ ਕੋਈ ਗਲਤ ਬਚਨ ਨਹੀਂ ਕੱਢਦੇ ਸਾਨੂੰ ਕਰੋਧ ਅਣਹਟ ਗਿਆ ਅਸੀਂ ਬਾਕੀ ਚੀਜ਼ਾਂ ਤੋਂ ਬਚ ਗਏ ਤੇ ਫਿਰ ਕੰਮ ਤੋਂ ਨਹੀਂ ਬਚੇ ਹੋਵਾਂਗੇ ਕੰਮ ਤੋਂ ਵੀ ਬਚਦੇ ਆ ਵਾਹਿਗੁਰੂ ਜੀ ਕਿਵੇਂ ਬਚਦੇ ਆ ਆਪਣਾ ਜਦੋਂ ਮਹਾਰਾਜ ਹੁਕਮ ਆਂਦਾ ਤੁਸੀਂ ਉਸ ਗ੍ਰਸਥ ਜੀਵਨ ਦੇ ਵਿੱਚ ਮਹਾਰਾਜ ਤੁਹਾਡੇ ਤੋਂ ਜੋ ਵੀ ਸੇਵਾ ਲੈਣੀ ਹੁੰਦੀ ਹੈ ਕਿਉਂਕਿ ਤੁਸੀਂ ਉਹਦੇ ਬੱਚੇ ਹੋ ਤੁਸੀਂ ਗੁਰਮੁਖ ਤਾਂ ਮਹਾਰਾਜ ਉਸ ਰੂਹ ਨੂੰ ਹੁਕਮ ਕਰਦੇ ਨੇ ਵੀ ਇਸ ਦਰ ਤੇ ਜਾ ਮਤਲਬ ਇਸ ਘਰ ਦੇ ਵਿੱਚ ਤੈਨੂੰ ਭੇਜਿਆ ਜਾਊਗਾ ਇਹ ਗੱਲ ਨੂੰ ਧਿਆਨ ਨਾਲ ਸੁਣਿਓ ਵੀ ਉੱਥੇ ਜਾ ਕੇ ਪਹਿਲਾਂ ਤਾਂ ਤੇਰੀ ਨਾਮ ਦੀ ਖੇਡ ਸ਼ੁਰੂ ਹੋਊਗੀ ਤੈਨੂੰ ਯਾਦ ਕਰਾਇਆ ਜਾਊਗਾ ਕਿ ਤੂੰ ਉੱਥੇ ਆਇਆ ਕਿਉਂ ਹੈ ਉਸ ਦੁਨੀਆ ਦੇ ਵਿੱਚ ਠੀਕ ਹੈ ਪਰਿਵਾਰ ਪਰਿਵਾਰ ਉਹ ਚਾਹੀਦਾ ਤੇ ਵਾਹਿਗੁਰੂ ਜੀ ਜਦੋਂ ਮਹਾਰਨੇਤਾ ਇਸ ਲਈ ਇਹ ਚੀਜ਼ ਸਾਨੂੰ ਬਖਸ਼ੀ ਸੀ ਵੀ ਇੱਕ ਔਰਤ ਤੇ ਇੱਕ ਮਰਦ ਜਿਹਨੂੰ ਆਪਾਂ ਕਹਿ ਦਿੰਨੇ ਆ ਇੱਕ ਮੇਲ ਐਂਡ ਫੀਮੇਲ ਇੱਕ ਜੋੜਾ ਉਹਦਾ ਜਿਹੜਾ ਮੇਨ ਫੋਕਸ ਹੋਣਾ ਚਾਹੀਦਾ ਬੰਦਗੀ ਤੇ ਠੀਕ ਹੈ ਗੁਰੂ ਸਾਹਿਬ ਜੀ ਦੇ ਹੁਕਮ 'ਤੇ ਚੱਲਣ ਦਾ ਰਹਿਤ ਮਰਿਆਦਾਂ ਅਨੁਸਾਰ ਤੇ ਫੇਰ ਵਾਈਗੁਰੂ ਜੀ ਆਪ ਜੀ ਸੱਚ ਜਾਣਿਓ ਹੁਣ ਮੈਨੂੰ ਨਹੀਂ ਪਤਾ ਕਿ ਇਸ ਗੱਲ ਨੂੰ ਕਿੰਨੇ ਨੇ ਐਕਸਪੀਰੀਅੰਸ ਹੁਣ ਤੱਕ ਕਰ ਲਿਆ ਹੋਵੇ ਵਾਈਗੁਰੂ ਜੀ ਆਪ ਜੀ ਚੋਂ ਕਈਆਂ ਨੇ ਕਰ ਲਿਆ ਹੋਊਗਾ 노 ਡਾਊਟ ਹਨ ਤੇ ਕਈਆਂ ਦਾ ਮੈਸੇਜ ਆਏ ਵੀ ਹੁਣ ਦੇਖੋ ਪਰਸਨਲ ਟਾਕ ਤਾਂ ਸਾਰੇ ਗੁਰਮੁਖਾਂ ਨਾਲ ਹੁੰਦੀ ਹੈ ਉਹ ਕਹਿੰਦੇ ਕਿ ਵਾਈਗੁਰੂ ਜੀ ਸਾਡੇ ਤੇ ਆ ਚੀਜ਼ਾਂ ਜਿਹੜੀਆਂ ਹਾਵੀ ਸੀ ਹੁਣ ਨਹੀਂ ਹੈਗੀਆਂ ਹੁਣ ਆਪਾਂ ਇਹਨਾਂ ਚੋਂ ਬਾਹਰ ਆ ਹੁਣ ਆਪਾਂ ਇਸ ਚੀਜ਼ 'ਚੋਂ ਬਹੁਤ ਖੁਸ਼ ਆ ਕਿ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਗਏ ਆ ਮੈਂ ਕਿਹਾ ਵਾਹਿਗੁਰੂ ਜੀ ਸ਼ੁਕਰ ਕਰੋ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ ਉਸ ਗੁਰੂ ਸਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਨਾਮ ਦਿੱਤਾ ਸੀ ਜਿਨ੍ਹਾਂ ਨੇ ਸਾਨੂੰ ਇਹ ਪੰਜ ਦੂਤਾਂ ਤੋਂ ਬਚਾ ਲਿਆ ਜਿਹੜੇ ਸਾਡਾ ਜਨਮ ਮਰਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦਿੱਕਤ ਹੈ ਉਹ ਤਾਂ ਕਾਲ ਹੀ ਹੈ ਨਾ ਜਿਹੜਾ ਸਾਨੂੰ बार-बार ਗੇੜ ਚ ਲਿਆਂਦਾ ਹੁਣ ਤੁਸੀਂ ਦੇਖੋ ਕਈ ਗੁਰਮੁਖ ਕਹਿੰਦੇ ਲੋਭ ਮੋਹ ਹੰਕਾਰ ਤੇ ਕ੍ਰੋਧ ਤੋਂ ਤਾਂ ਅਸੀਂ ਬਚੇ ਹੋਏ ਸੀ ਪਰ ਸੇ ਕਾਮਚੀ ਫਸੇ ਹੋ ਇਸ ਕਹਿੰਦੇ ਦੇਖੋ ਅਗਲੇ ਉਸ ਸਵਾਲ ਦਾ ਜਵਾਬ ਹੀ ਮਿਲ ਗਿਆ ਕਈ ਇਹ ਗੁਰਮੁਖੀ ਜਿਹੜੇ ਆਪ ਜੀ ਸਾਰੇ ਨਾਮ ਜਪਦੇ ਹੋ ਇਹਨਾਂ ਚੋਂ ਕਿਸੇ ਨੇ ਵੀ ਨਹੀਂ ਕਦੀ ਕਿਹਾ ਬਾਹਰੋਂ ਕਿਸੇ ਨੇ ਕਿਹਾ ਕਹਿੰਦੇ ਤੁਸੀਂ ਤੁਸੀਂ ਨਾਮ ਜਪਦੇ ਹੋ ਇਹਨੂੰ ਪਿਆਰ ਨਾਲ ਜਪ ਲਓ ਹੁਣ ਮਹਾਰਾਜ ਕਹਿੰਦੇ ਆਪਾਂ ਸਾਰੀਆਂ ਪੰਕਤੀਆਂ ਵਿੱਚੋਂ ਕੱਢ ਕੇ ਮਹਾਰਾਜ ਦਾ ਹੁਕਮ ਆਪ ਜੀ ਅਗੇ ਰੱਖਿਆ ਸੀ ਕਿ ਮਹਾਰਾਜ ਨੇ ਇੱਕ ਜਗ੍ਹਾ ਤੇ ਨਹੀਂ ਕਿਹਾ ਕਿ ਤੇ ਇੱਕ ਜਗ੍ਹਾ ਤੇ ਨਹੀਂ ਮਹਾਰਾਜ ਨੇ 4-5 ਵਾਰ ਕਿਹਾ ਮਾਰੇ ਕਹਿੰਦੇ ਉੱਚੀ ਉੱਚੀ ਜਪੋ ਤਿੱਖੇ ਤੀਰ ਚਲਾਓ ਤਿੱਖੇ ਬਾਣ ਤਿੱਖੇ ਬਾਣ ਚਲਾਓ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲੜੋ ਨਾਮ ਤਾਂ ਜਪੋ ਕਹਿੰਦੇ ਜਦੋਂ ਤੁਸੀਂ ਨਾਮ ਜਪੋਗੇ ਉਹ ਵਿਗਰੂ ਜੀ ਉਹ ਤੀਰ ਕਿਹੜਾ ਜਿਹੜਾ ਸੀ ਉਹਨੂੰ ਮਾਰਨਾ ਮਹਾਰਾਜ ਮਾਰੇ ਸੁਖਮ ਤੌਰ ਤੇ ਖੇਡ ਖੜਾਉਂਦੇ ਨੇ ਉਹ ਤੀਰ ਉਹਨੂੰ ਵੱਜਦੇ ਨੇ ਉਹ ਦੂਰ ਭਜਦਾ ਹੈ ਕਾਮ ਦੀ ਤਾਂ ਵੈਗੁਰੂ ਜੀ ਗੱਲ ਹੀ ਦੂਰ ਛੱਡ ਦੋ ਕਾਮ ਤਾਂ ਕਿੱਥੋਂ ਨੇੜੇ ਆਊਗਾ ਜਦੋਂ ਕਰੋਧ ਤੇ ਉਹ ਸਾਰੇ ਦੂਰ हट ਗਏ ਤੇ ਕਾਮ ਵੀ ਤਾਂ ਉਹਨਾਂ ਦਾ ਹੀ ਦੂਤ ਹੈ ਉਹ ਵੀ ਦੂਰ हट ਜਾਂਦਾ ਠੀਕ ਹੈ ਵੈਗੁਰੂ ਜੀ ਫਿਰ ਤੁਹਾਡੀ ਤੁਹਾਡੀ ਲਾਈਫ ਫੋਕਸਡ ਹੁੰਦੀ ਹੈ ਗੁਰੂ ਤੇ ਫਿਰ ਤੁਹਾਡਾ ਫੋਕਸ ਇਹਨਾਂ ਗੱਲਾਂ ਤੇ ਨਹੀਂ ਰਹਿੰਦਾ ਕਾਮ ਕਰੋਦ ਲੋਭ ਮੋਹ ਹੰਕਾਰ ਚ ਨਹੀਂ ਤੁਸੀਂ ਰਹਿ ਜਾਂਦੇ ਤੁਹਾਡਾ ਫੋਕਸ ਤੇ ਤੁਹਾਡਾ ਨਿਸ਼ਾਨਾ ਤੇ ਤੁਹਾਡਾ ਜ਼ਿੰਦਗੀ ਦਾ ਜਿਹੜਾ ਸਾਰਾ ਨਜ਼ਰੀਆ ਹੀ ਬਦਲ ਜਾਂਦਾ ਹੁਣ ਇਹਨੂੰ ਆਪਾਂ ਜਿੰਨਾ ਵੈਗੁਰੂ ਜੀ ਕਹਿ ਸਕਦੇ ਆ ਜਿੰਨਾ ਦੱਸ ਸਕਦੇ ਆ ਉਹਨਾਂ ਅੱਜ ਅੱਗੇ ਦੱਸਿਆ ਕਿ ਨਾਮ ਨੂੰ ਜਪੀ ਚੱਲੋ ਬੜੇ ਗੁਰਮੁਖਾਂ ਨੇ ਤਾਂ ਆਪਣਾ ਐਕਸਪੀਰੀਅੰਸ ਸ਼ੇਅਰ ਵੀ ਕਰਤਾ ਕਿ ਵੈਗੁਰੂ ਜੀ ਕਾਮ ਕਰੋਦ ਲੋਭ ਮੋਹ ਹੰਕਾਰ ਤੋਂ ਸ਼ੁਕਰਾਨਾ ਸਕਾਲਪੁਰਖ ਦਾ ਉਹਨਾਂ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਬਾਣੀ ਬਖਸ਼ੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਨਾਮ ਜਪੋ ਬੰਦਗੀ ਕਰੋ ਉਹ ਬੰਦਗੀ ਕਰਕੇ ਉਹਨਾਂ ਚੋਂ ਛੁਟਕਾਰਾ ਲੈ ਲਿਆ ਉਹਨਾਂ ਨੇ ਹਣਾ ਹੁਣ ਉਹਨਾਂ ਦਾ ਟੀਚਾ ਕੀ ਹੈ ਹੁਣ ਉਹਨਾਂ ਦਾ ਫੋਕਸ ਕੀ ਹੈ ਚਾਹੇ ਉਹ ਕਪਲ ਹੈ ਚਾਹੇ ਉਹ ਕੋਈ ਵੀਰ ਹੈ ਚਾਹੇ ਭੈਣ ਹੈ ਚਾਹੇ ਵਿਆਹ ਹੋਇਆ ਨਹੀਂ ਚਾਹੇ ਨਹੀਂ ਵਿਆਹੇ ਹੋਏ ਜੀ ਉਹਨਾਂ ਦਾ ਵਿਆਹ ਹੋਣ ਵਾਲਾ ਔਰ ਅਰਦਾਸ ਕੀ ਕਰ ਰਹੇ ਨੇ ਮਾਰੇ ਨੂੰ ਕਿ ਮਹਾਰਾਜ ਸਾਨੂੰ ਦੋਨਾਂ ਨੂੰ ਐਸੇ ਜੀਆਂ ਨੂੰ ਇਕੱਠੇ ਕਰਿਓ ਜਿਸ ਰਲ ਕੇ ਨਾਮ ਜਪੀਏ ਉਹਨਾਂ ਦਾ ਫੋਕਸ ਕੀ ਹੋ ਗਿਆ ਸਹੀ ਫੋਕਸ ਜਿਸ ਕਰਕੇ ਮਾਰੇ ਨੇ ਇਥੇ ਭੇਜਿਆ ਸੀ ਹੁਣ ਸਾਡਾ ਅਸਲੀ ਖੇਡ ਸ਼ੁਰੂ ਹੋਈ ਹੈ ਪਹਿਲਾਂ 30 35 40 ਸਾਲ ਤੱਕ ਅਸੀਂ ਭਟਕਦੀ ਪਏ ਸੀ ਤੇ ਹੁਣ ਆਪਾਂ ਉਸ ਪੱਖ ਵੱਲ ਨੂੰ ਚੱਲ ਪਏ ਜਿੱਥੇ ਮਾਰੇ ਚਲਾਉਣਾ ਚਾਹੁੰਦੇ ਸੀ ਠੀਕ ਹੈ ਵਾਈ ਗੁਰੂ ਜੀ ਹਾਂਜੀ ਹਾਂਜੀ ਵਾਈ ਗੁਰੂ ਜੀ ਜਿਹੜੇ ਜਿਨ੍ਹਾਂ ਨੂੰ ਸੱਚਮੇਂ ਜੈਸੇ ਚਲੋ ਕਿਸੇ ਦਾ ਕ੍ਰੋਧ ਸਹੀ ਮਤਲਬ ਨਹੀਂ ਕਰਦਾ ਬਟ ਉਸ ਨੂੰ ਕਾਮ ਦੀ ਬਹੁਤ ਉਹ ਹੁੰਦੀ ਬਹੁਤ ਬੈਸੀ ਵੀ ਆਏ ਵਾਈ ਗੁਰੂ ਜੀ ਕਿ ਇਸ ਸੇ ਮੁਝੇ ਮੈਂ ਬਚਣਾ ਚਾਹਤਾ ਹਾਂ ਜਾਂ ਬਚਣਾ ਚਾਹਤੀ ਹਾਂ ਤਾਂ ਵਾਈ ਗੁਰੂ ਜੀ ਦੇਖੋ ਨਾਮ ਜਬ ਜਬ ਕੇ ਜਬ ਨਾਮ ਦਾ ਰਸ ਅੰਦਰ ਰਸ ਜੂਗਾ ਨਾ ਤਾਂ ਤੁਹਾਡੀ ਅੱਖੇ ਜਿਹੜੀ ਉਸ ਟਾਈਮ ਤੇ ਜਿਹੜੇ ਆਪਾਂ ਗਲਤ ਦ੍ਰਿਸ਼ੇ ਦੇਖ ਲੈਂਦੇ ਆ ਉਹ ਸਾਨੂੰ ਨਾ ਰਸ ਲੱਗਿਆ ਹੁੰਦਾ ਗਲਤ ਦ੍ਰਿਸ਼ੇ ਦੇਖਣੇ ਦਾ ਸਾਡੀ ਨਾ ਇੱਕ ਆਦਤ ਬਣ ਜਾਂਦੀ ਹੈ ਜਦੋਂ ਆਪਾਂ ਨਾਮ ਦਾ ਰਸ ਸਾਡੇ ਅੰਦਰ ਰੋਮ ਰੋਮ ਵਿੱਚ ਜਾਂਦਾ ਹੈ ਨਾ ਤਾਂ ਉਹ ਗਲਤ ਚੀਜ਼ੇ ਦੇਖਣੇ ਦਾ ਮਨ ਹੀ ਆਪ ਆਪ ਪਤਾ ਹੈ ਆਪ ਨਹੀਂ ਦੇਖੀ ਨਾ ਪਾਓਗੇ ਕਿ ਆਪ ਐਚਲੀ ਭਾਈ குரு ਜੀ ਜਦੋਂ ਰੋਮ ਰੋਮ ਵਿੱਚ ਰਸ ਰਮ ਜੂਗਾ ਨਾ ਭਾਈ குரு ਜੀ ਤੁਹਾਨੂੰ ਯਾਦ ਵੀ ਨਹੀਂ ਰਹਿਣਾ ਕਿ ਮੈਂ ਇਹ ਕਰਦਾ ਕਰਦੀ ਵੀ ਸੀ ਮੈਨੇ ਕਦੇ ਦੇਖਾ ਵੀਦਾ ਹੀ ਐ ਦੇ ਐਂਜਲ ਅਗਨ ਲੱਗ ਜਾਂਦਾ ਵਾਈ ਗੁਰੂ ਜੀ ਸੱਚ ਜਾਣਿਓ ਜਦੋਂ ਮਹਾਰਾਜ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਕੱਢ ਦਿੰਦੇ ਆ ਨਾ ਤੇ ਪਤਾ ਕੀ ਲੱਗਦਾ ਕਿ ਉਹ ਕੋਈ ਹੋਰ ਸੀ ਜਿਹੜਾ ਉਹ ਜੀਵਨ ਜੀ ਰਿਹਾ ਸੀ ਨਾ ਉਹ ਮੈਂ ਨਹੀਂ ਸੀ ਮੰਨਣ ਤੇ ਨਹੀਂ ਆਂਦਾ ਇਨਸਾਨ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਜੋ ਵੀ ਗਲਤ ਕੀਤਾ ਸੀ ਪਰ ਮੇਰਾ ਗੁਰੂ ਇੰਨਾ ਦੇਵਾਲੂ ਮੇਰਾ ਗੁਰੂ ਇੰਨਾ ਪਿਆਰਾ ਕਿਉਂ ਨਹੀਂ ਮੈਨੂੰ ਫਿਰ ਵੀ ਬਖਸ਼ਿਆ ਮੈਨੂੰ ਉਹਨਾਂ ਪਾਪਾਂ ਚੋਂ ਕੱਢਿਆ ਮੈਨੂੰ ਉਹਨਾਂ ਪਾਪਾਂ ਤੋਂ ਦੂਰ ਕੀਤਾ ਮੈਨੂੰ ਜਿੰਗੇ ਕਰਮਾ ਵਾਲੇ ਪਾਸੇ ਲਾਇਆ ਮੈਨੂੰ ਫਿਰ ਉਹਨੇ ਨਾਮਦਾਨ ਦਿੱਤਾ ਮੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਫਿਰ ਉਹਨੇ ਮੇਰਾ ਫੋਕਸ ਕਿੱਥੇ ਰਖਾਇਆ ਹੁਣ ਉਹਨਾਂ ਨੇ ਮੇਰਾ ਫੋਕਸ ਰਖਾਇਆ ਹੈ ਕਿ ਆਪਣੇ ਅਸਲੀ ਘਰ ਚ ਆ ਜਾ ਹਾਂ ਸੱਚਖੰਡ ਚ ਆ ਜਾ ਜਿੱਥੇ ਦਾ ਤੁਸੀਂ ਜਿੱਥੋਂ ਤੁਸੀਂ ਤੁਰੇ ਸੀ ਉਸ ਘਰ ਚ ਵਾਪਸ ਆ ਜਾਓ ਮਹਾਰਾਜ ਵਾਜਾਂ ਮਾਰਦੇ ਨੇ ਸਾਨੂੰ